ਸਤਿ ਸ਼੍ਰੀ ਅਕਾਲ ਸਕਰੋਲ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਵਿਤਾ ਤੇ ਜੇਕਰ ਤੁਸੀਂ ਵੀ ਪਲੈਨਿੰਗ ਕਰ ਰਹੇ ਹੋ ਕਿ ਹੁਣ ਫੈਸਟਿਵ ਸੀਜ਼ਨ ਹੈ ਤੇ ਮੋਬਾਈਲ ਲਿਆ ਜਾਵੇ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਮਾਰਕੀਟ ਦੇ ਵਿੱਚ ਇੱਕ ਨਵਾਂ ਫੋਨ ਆ ਗਿਆ ਜਿਸ ਦੀ ਦਿੱਖ ਤੇ ਨਾਲ ਹੀ ਫੀਚਰਸ ਸਾਰੇ ਹੀ ਜੋ ਹੈਗੇ ਆ ਉਹ ਆਈਫੋਨ ਵਰਗੇ ਨੇ ਤੇ ਜੇਕਰ ਰੇਟ ਦੀ ਗੱਲ ਕਰੀਏ ਤਾਂ ਉਹ ਵੀ ਬੇਹੱਦ ਹੀ ਸਸਤੇ ਰੇਟ 'ਚ ਜੀ ਹਾਂ ਫੀਚਰਸ ਵਧੀਆ ਨੇ ਕੈਮਰਾ ਕੁਆਲਿਟੀ ਵਧੀਆ ਹੈਗੀ ਆ ਅਤੇ ਨਾਲ ਹੀ ਜੇਕਰ ਰੈਜ਼ੋਲਿਊਸ਼ਨ ਦੀ ਗੱਲ ਕਰੀਏ ਨਾਲ ਹੀ ਜੇਕਰ ਐਪਲੀਕੇਸ਼ਨਸ ਦੀ ਗੱਲ ਕਰੀਏ ਮੈਮਰੀ ਦੀ ਗੱਲ ਕਰੀਏ ਤਾਂ ਉਸਦੇ ਵਿੱਚ ਬੇਹੱਦ ਹੀ ਸ਼ਾਨਦਾਰ ਫੀਚਰਸ ਦੇ ਨਾਲ ਇਹ ਮੋਬਾਈਲ ਫੋਨ ਜਿਹੜਾ ਹੈਗਾ ਆ ਲਾਂਚ ਕੀਤਾ ਗਿਆ ਤਸਵੀਰਾਂ ਦੇਖੋਗੇ ਤਾਂ ਤੁਹਾਡਾ ਮਨ ਵੀ ਜ਼ਰੂਰ ਕਰੇਗਾ ਕਿ ਫੋਨ ਜਿਹੜਾ ਹੈਗਾ ਲਿਆ ਜਾਵੇ ਕਿਉਂਕਿ ਇਸਦੇ ਫੀਚਰਸ ਦੇਖਣ ਦੇ ਵਿੱਚ ਇਹ ਜੋ ਮੋਬਾਈਲ ਹੈਗਾ ਆ ਬਿਲਕੁਲ ਆਈਫੋਨ ਵਰਗਾ ਹੈਗਾ ਆ ਤਸਵੀਰਾਂ ਦੇਖ ਰਹੇ ਹੋ ਅਤੇ ਨਾਲ ਹੀ ਤੁਹਾਨੂੰ ਦੱਸ ਦੇ ਨੋਕੀਆ ਦਾ ਮੋਬਾਈਲ ਜਿਹੜਾ ਹੈਗਾ ਲਾਂਚ ਕੀਤਾ ਗਿਆ ਹੈ ਨੋਕੀਆ G400 5G ਇਸਦਾ ਨਾਮ ਹੈਗਾ ਆ ਜੋ ਕਿ ਸਸਤੇ ਰੇਟ ਦੇ ਵਿੱਚ ਲਾਂਚ ਕੀਤਾ ਗਿਆ ਕਿਉਂਕਿ ਹੁਣ ਫੈਸਟਿਵ ਸੀਜ਼ਨ ਹੈ ਅਤੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਮੋਬਾਈਲ ਫੋਨ ਜਿਹੜਾ ਲਿਆ ਜਾਵੇ ਨਵਾਂ ਮੋਬਾਈਲ ਫੋਨ ਲਿਆ ਜਾਵੇ ਜਾਂ ਗਿਫਟ ਕੀਤਾ ਜਾਵੇ ਤਾਂ ਇਸ ਦੇ ਵਿੱਚ ਜੋ ਆ ਕੰਪਨੀ ਦੇ ਵੱਲੋਂ ਵੀ ਕਈ ਸਸਤੇ ਫੋਨ ਕੱਢੇ ਜਾਂਦੇ ਨੇ ਅਤੇ ਨਵੀਆਂ ਜੋ ਆ ਨਵੇਂ ਫੀਚਰ ਜਿਹੜੇ ਹੈਗੇ ਆ ਉਹ ਦਿੱਤੇ ਜਾਂਦੇ ਨੇ ਤਾਂ ਜੋ ਕਸਟਮਰ ਜੋ ਹੈਗੇ ਆ ਉਹ ਅਟਰੈਕਟ ਹੋਣ ਤਾਂ ਇਹ ਖਬਰ ਜੋ ਹੈਗੀ ਆ ਧਿਆਨ ਨਾਲ ਸੁਣਿਓ ਕਿਉਂਕਿ ਕਾਫੀ ਸਾਰੇ ਫੀਚਰਸ ਨੇ ਨੋਕੀਆ ਦੇ ਇਸ ਫੋਨ ਦਾ ਨਾਮ ਜਿਹੜਾ ਹੈਗਾ ਆ ਨੋਕੀਆ G400 5G ਹੈ ਇਸ ਫੋਨ ਦੇ ਵਿੱਚ 6.5 ਇੰਚ ਦੇ IPS LCD ਪੈਨਲ ਦੇ ਨਾਲ ਫੁੱਲ HD+ ਸਕਰੀਨ ਰੈਜ਼ੋਲਿਊਸ਼ਨ ਵੀ ਹੈ ਜੋ ਇਸ ਨੂੰ 120 ਹਰਟਜ਼ ਦੀ ਰਿਫਰੈਸ਼ ਰੇਟ ਵੀ ਦਿੰਦਾ ਹੈ ਇਹ ਫੋਨ ਵੀ ਕਾਫੀ ਮਜ਼ਬੂਤ ਹੈ ਕਿਉਂਕਿ ਇਸ ਦੇ ਵਿੱਚ ਗੋਰੀਲਾ ਗਲਾਸ ਦੀਆਂ 3 ਪਰਤਾਂ ਲੱਗੀਆਂ ਹੋਈਆਂ ਨੇ ਯਾਨੀ 3 ਲੇਅਰਸ ਦੇ ਨਾਲ ਇਸ ਨੂੰ ਬਣਾਇਆ ਗਿਆ ਇਸ ਤੋਂ ਇਲਾਵਾ ਇਹ ਮੋਬਾਈਲ ਫੋਨ ਗਾਹਕ ਨੂੰ 20:9 ਐਸਪੈਕਟ ਰੇਸ਼ੋ ਪ੍ਰਦਾਨ ਕਰਦਾ ਹੈ ਇਸ ਮੋਬਾਈਲ ਫੋਨ ਦੇ ਵਿੱਚ 4GB RAM ਅਤੇ 64GB ਇੰਟਰਨਲ ਸਟੋਰੇਜ ਵੀ ਹੈ ਅਤੇ ਨਾਲ ਹੀ ਸਟੋਰੇਜ ਸਪੇਸ ਜੋ ਹੈਗੀ ਵਧੀਆ ਹੈਗੀ ਆ ਅਤੇ ਚੰਗੀ ਜਿਹਦੀ ਸਪੀਡ ਵੀ ਜੇ ਉਹ ਹੈਗੀ ਆ ਬਹੁਤ ਜ਼ਿਆਦਾ ਵਧੀਆ ਸਪੀਡ ਹੈ ਅਤੇ ਨਾਲ ਹੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਹੋਰ ਵੀ ਜ਼ਿਆਦਾ ਸਪੇਸ ਵਧਾਇਆ ਜਾਵੇ ਤਾਂ ਇਸਦੇ ਵਿੱਚ ਤੁਹਾਨੂੰ ਮਾਈਕਰੋ SD ਕਾਰਡ ਸਲੋਟ ਵੀ ਦਿੱਤਾ ਗਿਆ ਇਹ ਮੋਬਾਈਲ ਫੋਨ ਕੋਲਕੋਮ ਸਨੈਪਡ੍ਰੈਗਨ 480+ ਪ੍ਰੋਸੈਸਰ ਦੁਆਰਾ ਸੰਚਾਲਿਤ ਹੈ ਇਸ ਮੋਬਾਈਲ ਫੋਨ ਦੀ ਕੀਮਤ ਦੀ ਜੇਕਰ ਗੱਲ ਕਰੀਏ ਤਾਂ ਕੀਮਤ ਬਹੁਤ ਹੀ ਘੱਟ ਹੈ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਇਸ ਫੋਨ ਨੂੰ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਇਸ ਦੀ ਕੀਮਤ ਮਹਿਜ਼ 19,000 ਦੱਸੀ ਗਈ ਸੀ ਸੰਯੁਕਤ ਰਾਜ ਵਿੱਚ ਤੁਸੀਂ ਇਸ ਫੋਨ ਨੂੰ ਉਪਭੋਗਤਾ ਸੈਲੂਲਰ ਬੂਸਟ ਅਤੇ ਟਰੈਕ ਫੋਨ ਦੁਆਰਾ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਕੈਮਰੇ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਮੋਬਾਈਲ ਫੋਨ ਦੇ ਵਿੱਚ ਜਿਹੜਾ ਕੈਮਰਾ ਹੈਗਾ ਆ ਬਹੁਤ ਵਧੀਆ ਬੈਕ 'ਤੇ 3 ਕੈਮਰਾ ਸੈਟਅਪ ਦਿੱਤਾ ਗਿਆ ਜੋ ਬਿਲਕੁਲ ਹੀ ਆਈਫੋਨ ਵਰਗਾ ਦਿਸਦਾ ਇਹਨਾਂ 3 ਕੈਮਰਾ ਸੈਟਾਂ ਦੇ ਵਿੱਚ ਜਿਹੜਾ ਹੈਗਾ ਆ ਸੈਟਾਂ ਦੇ ਵਿੱਚ 48 MP ਦਾ ਪ੍ਰਾਇਮਰੀ ਸੈਂਸਰ 5 MP ਦਾ ਅਲਟਰਾ ਵਾਈਡ ਲੈਂਸ ਅਤੇ 2 MP ਦਾ ਡੈਪਥ ਸੈਂਸਰ ਲਗਾਇਆ ਹੋਇਆ ਜਿਸ ਦੇ ਨਾਲ ਤੁਹਾਡੀ ਫੋਟੋਗ੍ਰਾਫੀ ਨੂੰ ਜਿਹੜਾ ਆ ਹੋਰ ਵੀ 4 ਚਾਂਦ ਲੱਗਣਗੇ ਯਾਨੀ ਤੁਹਾਡੀ ਫੋਟੋਗ੍ਰਾਫੀ ਜਿਹੜੀ ਹੈਗੀ ਆ ਉਹ ਬਿਹਤਰ ਹੋਵੇਗੀ ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ ਇਹ ਨਵਾਂ ਮੋਬਾਈਲ ਫੋਨ ਜਿਹੜਾ ਕਿ ਲਾਂਚ ਹੋ ਰਿਹਾ ਕਿਉਂਕਿ ਹੁਣ ਫੈਸਟਿਵ ਸੀਜ਼ਨ ਹੈ ਅਤੇ ਇਸ ਦੇ ਵਿੱਚ ਹਰ ਕੋਈ ਜਿਹੜਾ ਆ ਨਵਾਂ ਮੋਬਾਈਲ ਫੋਨ ਲੈਣ ਦੀ ਸੋਚਦਾ ਆ ਜਾਂ ਕਿਸੇ ਨੂੰ ਗਿਫਟ ਕਰਨ ਦੀ ਸੋਚਦਾ ਆ ਅਤੇ ਇਸਦੇ ਅਜਿਹੇ ਦੇ ਵਿੱਚ ਜੇਕਰ ਅਜਿਹਾ ਫੋਨ ਕਿਸੇ ਨੂੰ ਗਿਫਟ ਕੀਤਾ ਜਾਵੇ ਤਾਂ ਫਿਰ ਉਸਦੀ ਖੁਸ਼ੀ ਦਾ ਠਿਕਾਣਾ ਨਹੀਂ ਰਹੇਗਾ ਤਾਂ ਤੁਸੀਂ ਵੀ ਇੱਕ ਜੋ ਫੋਨ ਹੈਗਾ ਆ ਗਿਫਟ ਕਰ ਸਕਦੇ ਹੋ ਨੋਕੀਆ ਦਾ ਫੋਨ ਹੈਗਾ ਆ ਜਿਸਦੀ ਦਿੱਖ ਜਿਸਦੇ ਫੀਚਰਸ ਜਿਹੜੇ ਹੈਗੇ ਆ ਉਹ ਬਿਲਕੁਲ ਆਈਫੋਨ ਵਰਗਾ ਨਜ਼ਰ ਆਉਂਦਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਤੇ ਨਾਲ ਹੀ ਇਸਦਾ ਨਾਮ ਵੀ ਤੁਹਾਨੂੰ ਮੁੜ ਤੋਂ ਦੱਸ ਦਿੰਦੀ ਹਾਂ ਇਸਦਾ ਨਾਮ ਹੈਗਾ ਨੋਕੀਆ G400 5G ਜੋ ਕਿ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਲੈ ਸਕਦੇ ਹੋ ਅਤੇ ਨਾਲ ਹੀ ਤੁਸੀਂ ਆਪਣੇ ਘਰ ਦੇ ਵਿੱਚ ਰਿਸ਼ਤੇਦਾਰਾਂ ਨੂੰ ਜਾਂ ਫਿਰ ਪਰਿਵਾਰਕ ਮੈਂਬਰਾਂ ਨੂੰ ਖੁਸ਼ ਵੀ ਕਰ ਸਕਦੇ ਹੋ